ਪਿਆਰ ਕੀਤਾ ਜਾਂਦਾ ਹੋਵੇ ਅਜ਼ਮਤ ਅਹਿਲੇ ਬੈਤ ਨੂੰ ਬਿਆਨ ਕੀਤਾ ਜਾਂਦਾ ਹੋਵੇ ਆਖਿਆ ਜਾਂਦਾ ਕਿ ਮੌਲਾ ਅਲੀ ਦੀ ਇਹ ਸ਼ਾਨ ਹੈ ਕਿ ਕੁਲ ਤਨਾ ਦੇ ਸਰਦਾਰ ਨਬੀ ਫਰਮਾਏ ਮਨ ਕੁਲ ਤ ਮੌਲਾ ਹੋ ਤਾਂ ਅਲੀ ਜੁਲ ਮੌਲਾ ਮੈਂ ਨਬੀ ਜਦਾ ਮੌਲਾ ਹਾਂ ਅਲੀ ਵੀ ਉਹਦਾ ਮੌਲਾ ਹੈ ਮਾਸ਼ਾ ਅੱਲਾਹ ਮਾਸ਼ਾ ਅੱਲਾਹ ਕੁਲ ਤਨਾ ਦੇ ਸਰਦਾਰ ਨਬੀ ਦਾ ਫਰਮਾਨ ਪੜ ਕੇ ਸੁਣਾਇਆ ਵੇਦਾ ਪਿਆ ਹੋਵੇ ਕਿ ਕੁਲ ਤਨਾ ਦੇ ਸਰਦਾਰ ਨਬੀ ਫਰਮਾਏ ਵਮਨ ਮਾਤ ਅਲਾ ਹੁਬ ਅਲ ਮੁਹੰਮਦ ਮਾਤ ਮੂਮਿਨਾ ਮਾਤ ਸ਼ਹੀਦਾ ਜਿਹੜਾ ਅਹਲੇ ਬੈਤ ਨਾਲ ਮੁਹੱਬਤ ਕਰੇ ਰਹਾ ਅਹਲੇ ਬੈਤ ਨਾਲ ਮੁਹੱਬਤ ਕਰੇਗੀ ਹੋਵੇ ਜਿਹੜਾ ਦੁਨੀਆ ਤੋਂ ਗਏ ਉਹਦਾ ਖਾਤਮਾ ਵੀ ਇਮਾਨ ਤੇ ਥਾਏ ਔਰ ਅੱਲਾਹ ਕੋ ਸ਼ਹਾਦਤ ਦਾ ਮਕਾਮ ਵੀ عطا ਕਰੇ ਸੁਭਾਨ ਅੱਲਾਹ ਅਕੀਦਾ ਇਹ ਸੁਣਾ ਹੋਣਾ ਚਾਹੀਦਾ ਹੈ ਜਿਹੜੇ ਅਕੀਦੇ ਦੇ ਅੰਦਰ ਅਹਲੇ ਬੈਤ ਦੀ ਅਜ਼ਮਤ ਹੋਵੇ ਅਹਲੇ ਬੈਤ ਨਾਲ ਪਿਆਰ ਹੋਵੇ ਔਰ ਅਕੀਦਾ ਉਹ ਹੋਣਾ ਚਾਹੀਦਾ ਹੈ ਜਿਹੜੇ ਅਕੀਦੇ ਦੇ ਅੰਦਰ ਕੋਲ ਕਹਿਣਾ ਜੋ ਸਰਦਾਰ ਨਬੀ ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਆਦੇ ਸਿਹਾਬਾ ਨਾਲ ਪਿਆਰ ਹੋਵੇ ਹਜ਼ੂਰ ਦੇ ਸਿਹਾਬਾ ਨਾਲ ਵੀ ਪਿਆਰ ਹੋਵੇ ਅਲਹਮਦੁਲਿਲਾ ਸਾਡਾ ਅਕੀਦਾ ਮੁਹੱਬਤ ਵਾਲਾ ਹੈ ਸਾਡਾ ਅਕੀਦਾ ਪਿਆਰ ਵਾਲਾ ਹੈ ਸਾਡਾ ਅਕੀਦਾ ਅਜ਼ਮਤ ਅਹਿਲ ਬੈਤ ਵਾਲਾ ਹੈ ਅਜ਼ਮਤ ਸਿਹਾਬਾ ਵਾਲਾ ਹੈ ਅਜ਼ਮਤ ਮੁਸਤਫਾ ਵਾਲਾ ਅਕੀਦਾ ਹੈ ਪਾਕ ਨਬੀ ਸੱਲੱਲਾਹੁ ਅਲੈਹਿ ਵਸੱਲਮ ਆਦੇ ਸਿਹਾਬਾ ਦੀ ਵੀ ਅਜ਼ਮਤ ਬਿਆਨ ਕੀਤੀ ਵਜੇ ਆਖਿਆ ਵਜੇ ਕਿ ਅਬੂ ਬਕਰ ਦੀ ਉਹ ਸ਼ਾਨ ਹੈ ਮੇਰੇ ਪਾਕ ਨਬੀ ਨੇ ਫਰਮਾਏ ਅਗਰ ਨਬੀ ਤੋਂ ਬਾਅਦ ਕੋਈ ਅਫਜ਼ਲ ਹੈ ਤੇ ਅਬੂ ਬਕਰ ਸਿੱਦੀਕ ਸੁਭਾਨ ਅੱਲਾਹ ਆਖਿਆ ਵਜੇ ਅਗਰ ਅਦਾਲਤ ਦਾ ਕੋਈ ਬਾਦਸ਼ਾਹ ਹੈ ਤੇ ਉਮਰ ਫਾਰੂਕ ਹੈ ਆਖਿਆ ਵਜੇ ਅਗਰ ਸਖਾਵਤ ਦਾ ਕੋਈ ਬਾਦਸ਼ਾਹ ਹੈ ਤੇ ਉਸਮਾਨ ਗਨੀ ਹੈ ਆਖਿਆ ਵਜੇ ਹੈਦਰੀ ਅਗਰ ਕੋਈ ਤਰਾਰ ਹੈ ਸ਼ੇਰੇ ਖੁਦਾ ਹੈ ਤੇ ਉਹ ਮੌਲਾ ਹੈ ਅਲਹਮਦੁਲਿਲਾ ਅੱਲਾਹ ਸਭ ਨੂੰ ਸੁਣਾ ਅਕੀਦਾ ਕਰਤਾ ਕੀਤੇ ਜਿਹੜੇ ਅਕੀਦੇ ਦੇ ਅੰਦਰ ਅਸਾਂ ਸੋਹਣੇ ਨਬੀ ਦੀ ਅਜ਼ਮਤ ਨੂੰ ਵੀ ਬਿਆਨ ਕਰਦੇ ਹੈ ਜਿਹੜੇ ਅਕੀਦੇ ਦੇ ਅੰਦਰ ਅਸਾਂ ਸਿਹਾਬਾ ਦੇ ਨਾਰੇ ਵੀ ਲੈਂਦੇ ਹੈ ਔਰ ਆਹਲੇ ਬੈਤ ਦੇ ਗੀਤ ਵੀ ਗਾਉਂਦੇ ਸੁਭਾਨ ਅੱਲਾਹ ਅਕੀਦਾ ਸੁਣਾ ਕੀ ਹੋਏ ਤੁਹਾਡੀ ਆਪਣੀ ਮਰਜ਼ੀ ਹਰ ਜੀ ਦੀ ਆਪਣੀ ਮਰਜ਼ੀ ਆਪਣੇ ਨਜ਼ਰੀਆਤ ਤੇ ਆਪਣੇ ਇਖਤਲਾਫਾਤ ਹੈ ਆਪਣੇ ਇਖਤਲਾਫਾਤ ਇੱਕ ਪਾਸੇ ਆਪਣੇ ਅਕੀਦੇ ਨੂੰ ਸੁਣਾ ਕਰਨਾ ਚਾਹੀਦਾ ਅਗਲੀ ਗੱਲ ਇਹ ਅੰਮਾ ਮਰਹੂਮਾ ਦੀ ਬਖਸ਼ਿਸ਼ ਈਸਾ ਦੇ ਸਵਾਬ ਦਾ ਪ੍ਰੋਗਰਾਮ ਹੈ ਜੀਆਂ ਵਾਲੇ ਦਾ ਨਾਲ ਮੁਖਤਸਰ ਗੁਫ਼ਤਗੂ ਕੁਲ ਜਨਾਬ ਦੇ ਸਰਦਾਰ ਨਬੀ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਹੈ ਮੇਰੇ ਆਕਾ ਮੌਲਾ ਸੱਲੱਲਾਹੁ ਅਲੈਹਿ ਵਸੱਲਮ ਨੇ ਬਾਰਾ ਹਕੂਮ ਜਿਤੇ ਆਪਣੇ ਵਾਲੇ ਜੈਨ ਦੀ ਖਿਦਮਤ ਕਰ ਸੁਭਾਨ ਆਪਣੇ ਵਾਲੇ ਜੈਨ ਦੀ ਖਿਦਮਤ ਕਰੋ ਕੁਲ ਜਨਾਬ ਕੁਰਾਨ ਮਜੀਦ ਫੁਰਕਾਨ ਹਮੀਦ ਦੇ ਅੰਦਰ ਰੱਬੇ ਕਰੀਮ ਨੇ ਵੀ ਬਾਰਹਾ ਇਰਸ਼ਾਦ ਫਰਮਾਏ ਆਪਣੇ ਵਾਲੇ ਜੈਨ ਦੀ ਖਿਦਮਤ ਕਰੋ ਬਲਕਿ ਰੱਬੇ ਕਰੀਮ ਨੇ ਇਹ ਹੱਦ ਤੱਕ ਹੁਕਮ ਦਿੱਤੇ ਆਏ ਉਮਤ ਮੁਹੰਮਦਿਆ ਵਾਕੂ ਨਿਸ਼ਿਆ ਦੇ ਪਏ ਕਿ ਤੁਸੀਂ ਆਪਣੇ ਵਾਲੇ ਜੈਨ ਦੀ ਖਿਦਮਤ ਕਰੋ ਬਲਕਿ ਤੁਹਾਡੇ ਤੋਂ ਪਿਛਲੇ ਉਮਤਿਆ ਜੁਰਾ ਗੁਜ਼ਰ ਚੁੱਕੇ ਨੇ ਹਰਤ ਆਦਮ ਅਲਸਲਾਤੁ ਸਲਾਮ ਨੂੰ ਘੇਨ ਕੇ ਉਮਤ ਮੁਹੰਮਦਿਆ ਤੱਕ ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਅਕਦਸ ਤੱਕ ਹਰ ਉਮਤ ਨੂੰ ਹੁਕਮ ਦਿੱਤਾ ਗਏ ਆਏ ਉਮਤ ਤੁਸੀਂ ਆਪਣੇ ਵਾਲੇ ਜੈਨ ਦੀ ਖਿਦਮਤ ਸੁਭਾਨ ਅੱਲਾਹ ਆਪਣੇ ਵਾਲਿਦੈਨ ਦੀ ਇੱਜ਼ਤ ਕਰੋ ਆਪਣੇ ਵਾਲਿਦੈਨ ਦਾ ਇਤਰਾਮ ਕਰੋ ਆਪਣੇ ਵਾਲਿਦੈਨ ਦੀ ਨਾਫਰਮਾਨੀ ਨਾ ਕਰੋ ਇੱਕ ਸ਼ਖਸ ਹਾਜ਼ਰ ਹੈ ਅਰਜ਼ ਕੀਤੀ ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਅਗਰ ਵਾਲਿਦੈਨ ਜ਼ੁਲਮ ਕਰੇ ਵਾਲਿਦੈਨ ਜ਼ਿਆਦਤੀ ਕਰੇ ਵਾਲਵੀ ਵਾਲਿਦੈਨ ਦੀ ਫਰਮਾਨਬਰਦਾਰੀ ਕਰੋ ਵਾਲਵੀ ਵਾਲਿਦੈਨ ਦੀ ਮੰਨੂ ਵਾਲਵੀ ਹੁਨੈ ਦੀ ਖਿਦਮਤ ਕਰੋ ਮੇਰੇ ਪਾਕ ਨਬੀ ਨੇ ਫਰਮਾਇਆ ਵਾਇਨ ਸਾਲਾ ਮਾਹੂ ਵਾਇਨ ਸਾਲਾ ਮਾਹੂ ਵਾਇਨ ਸਾਲਾ ਮਾਹੂ ਤਾਏ ਦਫਾ ਕੁਲ ਕਨਾਦ ਸਰਦਾਰ ਨਬੀ ਫਰਮਾਏ ਤੁਹਾਡੇ ਵਾਲਿਦੈਨ ਤੁਹਾਡੇ ਉੱਤੇ ਜ਼ੁਲਮ ਕਰਨ ਵਾਲੀ ਤੁਸਾਂ ਵਾਲਿਦੈਨ ਦੀ ਖਿਦਮਤ ਕਰੋ ਤੁਹਾਡੇ ਵਾਲਿਦੈਨ ਤੁਹਾਡੇ ਉੱਤੇ ਜ਼ੁਲਮ ਕਰਨ ਵਾਲੀ ਤੁਸਾਂ ਵਾਲਿਦੈਨ ਨਾਲ ਪਿਆਰ ਕਰੋ ਤੁਹਾਡੇ ਵਾਲਿਦੈਨ ਤੁਹਾਡੇ ਉੱਤੇ ਜ਼ੁਲਮ ਕਰਨ ਉਹ ਝਿੜਕ ਕੇ ਅਰਵਾਵਨ ਵਾਲੀ ਤੁਸਾਂ ਪਿਆਰ ਮੁਹੱਬਤ ਨਾਲ ਵਾਲਿਦੈਨ ਨੂੰ ਜਵਾਬ ਵਾਲਿਦੈਨ ਨੂੰ ਜਵਾਬ ਦੇ ਦਿਓ ਮੇਰੇ ਪਾਕ ਨਬੀ ਦਾ ਫਰਮਾਨ ਹੈ ਜੇ ਦੁਨੀਆ ਦੇ ਅੰਦਰ ਆਪਣੇ ਵਾਲਿਦੈਨ ਦੀ ਨਾ ਫਰਮਾਨੀ ਕੀਤੀ ਹੈ ਜੇ ਆਪਣੇ ਵਾਲਿਦੈਨ ਦਾ ਦਿਲ ਦੁਖਾਏ ਆਪਣੇ ਵਾਲਿਦੈਨ ਨੂੰ ਤਕਲੀਫ ਪਹੁੰਚਾਈਏ ਉਹ ਦੁਨੀਆ ਦੇ ਅੰਦਰ ਵੀ ਸਜ਼ਾ ਮਿਲ ਸੀ ਆਖਰਤ ਦੇ ਅੰਦਰ ਵੀ ਸਜ਼ਾ ਮਿਲ ਸੀ ਉਹ ਤੱਕ ਮੌਤ ਨਾ ਹੋ ਸੀ ਜੇ ਤੱਕ ਆਪਣੇ ਅੱਖੀ ਦੇ ਨਾਲ ਉਹ ਕੰਮ ਥੀਂਦਾ ਨਾ ਨੇ ਸੀ ਜਿਹੜਾ ਉਹ ਆਪਣੇ ਵਾਲਿਦੈਨ ਨਾਲ ਕੀਤਾ ਅਗਰ ਬੁਰੀ ਗੱਲ ਕੀਤੀ ਹਸੀ ਤੇ ਔਲਾਦ ਇਵੇਂ ਕਰੇ ਸੀ ਜੇ ਤੱਕ ਔਲਾਦ ਨਾ ਕਰੇ ਸੀ ਮੌਤ ਨਾ ਹੋ ਸੀ ਵਾਲਿਦੈਨ ਨੂੰ ਥੱਪੜ ਮਾਰਿਆ ਸੀ ਔਲਾਦ ਥੱਪੜ ਮਰੇ ਸੀ ਉਹ ਤੱਕ ਮੌਤ ਨਾ ਹੋ ਸੀ ਵਾਲਿਦੈਨ ਨੂੰ ਬੁਰਾ ਆਖਿਆ ਸੀ ਤਾਂ ਔਲਾਦ ਬੁਰਾ ਆਖਸੀ ਤੇ ਉਹ ਤੱਕ ਮੌਤ ਨਾ ਹੋ ਸੀ ਹਦੀਸ ਮੁਬਾਰਕ ਦਾ ਬਿਆਨ ਕਰਾਂ ਤਾਂ ਮੁਖਤਸਰ ਸੁਣੀ ਵਦੇ ਉਸ ਸਹੀ ਬੁਖਾਰੀ ਦੀ ਰਵਾਇਤ ਹੈ ਸਹੀ ਮੁਸਲਿਮ ਸ਼ਰੀਫ ਦੀ ਰਵਾਇਤ ਹੈ ਇੱਕ ਸ਼ਖਸ ਦਾ ਨਾਂ ਜੁਰੈਜ ਰਜ਼ੀ ਅੱਲਾਹੁ ਤਾਲਾ ਅਨਹੁ ਅਸਾਂ ਅਦਬ ਨਾਲ ਨਾ ਗਿਣਦੇ ਹਾਂ ਪਿਆਰ ਨਾਲ ਨਾ ਗਿਣਦੇ ਹਾਂ ਕਿਉਂਕਿ ਹਦੀਸ ਮੇਰੇ ਪਾਕ ਨਬੀ ਨੇ ਬਿਆਨ ਫਰਮਾਈ ਹੈ ਫਰਮਾਨ ਸੁਰੇ ਮੁਸਤਫਾ ਦਾ ਹੈ ਬੁਖਾਰੀ ਦੀ ਰਵਾਇਤ ਹੈ ਮੁਸਲਿਮ ਸ਼ਰੀਫ ਦੀ ਰਵਾਇਤ ਹੈ ਕੁਲ ਕਨਾਦ ਦੇ ਸਰਦਾਰ ਨਬੀ ਸੱਲੱਲਾਹੁ ਅਲੈਹਿ ਵਸੱਲਮ ਇਹ ਹਦੀਸ ਦੇ ਅੰਦਰ ਸਭ ਇਸ਼ਾਰਾ ਫਰਮਾਏ ਹਜ਼ੂਰ ਨੇ ਦੱਸਾਏ ਕਿ ਤੁਸਾਂ ਜਿਤਨਾ
بڑے عبادت گزار تھی ونو اگر تساں تھوڑی جھئی والدین دی نافرمانی کر دی تو بعد وی کو عذاب مل سی دنیا دے اندر او سزا مل سی پاک دنیا دے اندر او دیوار ایک سو بھاوے جے دے وقت متقی بن ون او حدیث کیا او روایت کیا ہے میں مختصر بیان کرنا جریج رضی اللہ تعالی عنہ اللہ دا نیک بندہ عبادت گزار ہا اتنا عبادت کرے دا ہا کہ ساری ساری رات عبادت کرے ہا نہیں دا روزہ رکھے ہا کہیں نہ ملدا ہا کوئی گفتگو نہ کرے دا ہا بس سویرے شام پانچ وقت وضو ہے ہر ٹائم 24 گھنٹے وضو دے اندر ہے پانچ وقت کی نماز اشراق تہجد دے چار تے عوابین ہے دین دا ساری رات رات دا ساری رات تہجد دے دین دا روزہ ہے اللہ اکبر اللہ دی تسبیح و تحلیل ہے اما ایک دفعہ آ گئی ہے اور اما بھی آ گئی یا جریج اے میرا پتر اما جان دے پتر عبادت کیا کرے دے پتر بڑا نیک ہے پر اما کو ضرورت پائے گی پتر دی اما آ گئی اما آواز دیتی ہے میرا پتر یا جریج جرائے دل دے اندر خیال کیتے سوچے ایک طرف اللہ دی عبادت ہے ایک طرف اما کو سنیں دی ہے تو دی نہ ہوئے اللہ دی عبادت کریں دے رحمنہ اما کو جواب نہ دیوا نماز نہ کرونا اما کو جواب نہ دیوا اللہ دی عبادت دیا جو کرے نا لیکن کہیں اے بھی سوچے یار اللہ عبادت ہوں میں قبول کرے دے جن میں اللہ دی مخلوق کو خوش کیتا دے اللہ عبادت ہوں میں قبول کرے دے جن میں اما کے ابا تو راضی کیتا میں دے اللہ دی مخلوق کو ناراض کر کے کوئی شخص آکے میں وڈا عابد ہاں او دی عبادت انہیں منہ تے مار دیتی رہی سی او دی عبادت قبول نہ کیتی رہی سی اما آئیے ول گئی جواب دے کے ول اما دوجی دیوا رہیے اما تو سجے یا جریج ولو ہا گل دل دے اندر رہیے ایک طرف اما پہ سڑے دیے ایک طرف اللہ دی عبادت ہے جریج جریج جا کے کوئی گال نہیں اما وین گئی تے رن دے اللہ دی عبادت کرے نا ول تریجی دیوا آ گئیے اما آ گئی اما آواز دیتی ہے یا جریج جریج دل دے اندر خیال کیتے ایک طرف اللہ دی عبادت ہے ایک طرف اما پہ سڑے دیے بل اما کو جواب نہیں سی دیتا عبادت دے اندر مشغول تھی گئے اما تائے دفعہ آئیے تائے دوہارا آئیے دیدی باری اما آگ گئیے جے تک کنجرے نیا گندی عورتیں دا مونا دیکھ سے او تک موت نہ جے تک زلیل نہ تھی سے او تک موت نہ ہوشا جے تک رسوا نہ تھی سے او تک موت نہ ہوشا اما اے آگ کے تر گئے اما دا آخر ہا او جریج جے بھی لوگ عبادت کے رش کرے دے ہم چوکے تے باہرا لوگ آ دین یا جریج وڈا عبادت گزار ہے یا جریج وڈا نیک ہے جریج دا تعریف آتی نیا ہن ان دے روزے دا تعریف آتی نیا ہن ان دی عبادت دا تعریف آتی نیا ہن ان دی نماز دا تعریف آتی نیا ہن جریج وڈا عبادت گزار ہے چوکے تے باہر کے لوگ یہ تعریف کرے دے ہن دی رات لوگ تعریف کرے دے ہن لیکن جنہوں نے اما ہے تو جملہ آپ کے گئیے وہ لوگ جنہیں تعریف کرے دے ہن وہ لوگ آ دے کرے جریج گندا ہے چنگا کہیں جریج برا ہے جریج چنگا کہیں نہیں ایک عورت کو گھیننا ہے پیسے دیتے نے اور عورت کو اپنے تو آگ میرے پیٹ دے اندر جڑا بچہ ہے جریج دا ہے عورت آ گئی عورت تیار تھی گئی ہے وہاں کے میرے پیٹ دے اندر جڑا بچہ ہے اور جریج دا ہے سارے لوگ کٹھے تھی گئے کٹھے تھی گئے جریج دی عبادت مسجد کو دہا دیتے نے جریج کو کٹے نے جریج کو مارے نے جریج رسوا کیا کرے اما جو آکھیا جے تک رسوا نہ دیسی او تک موت نہ ہوسا اما دی گال پوری تھی گئی اما آکھیا جو تک رسوا نہ دیسی موت نہ ہوسا اما دی گال پوری تھی گئی اور پر اللہ دا نیک بندہ جو ہا اللہ عزت رکھوانی جو ہے اللہ عزت رکھوائیے اما دی گال تو جملے پوری تھی گئی ہے اور اللہ عزت ولا رکھوائیے عزت اے رکھیے جریجہ کے سر دوں عورت کو بچہ بھی آ گئے جریج اپنے نال بلائے جریج وضو کیتے جریج عبادت کیتی ہے دو نقات نماز نفل پڑھن تو بعد بار جریج بچے دو اشارہ کیتے بچے کو اگر سیدھا چھا اے بچہ میں تیرا پیو ہاں یا تیرا پیو کوئی بیا ہے او بچے پنگھولے دے اندر جرا بچہ ہا چاندری والے دا بچہ ہا او بچے جواب دیتے وہاں کے جریج میرا ابا نہیں جریج بے قصور ہے میں ایک چرواہے دا پتر رہا بکریاں چراون والے دا پتر رہا بس آکھن دا مقصد اے ہا حضور دا فرمان سچا ہے والدین دا نا فرمان کو دنیا دے اندر بھی سزا مل سی آخرت دے اندر بھی سزا مل سی عبادتاں کم اوسن لیکن ایندا جواب قوم دے سی والدین دی نافرمانی دا جواب قوم دے سی بس ایو کو داکھنا چاہدا میرے والدین بھی دنیا تو ٹر گئے جن دے والدین دنیا تو ٹر گئے دعا کرے گا تو آمین چاہتو اللہ میرے والدین سمیت
والے سارے دے والدین دی بخشش فرمائے آمین جے دے والدین زندہ ہیں اللہ انہیں کو اپنے والدین دی خدمت کرن دی توفیق عطا فرمائے اور جے والدین دنیا تو تر گئے اللہ انہیں کو اپنے والدین واسطے بخشش دی دعا کرن دی توفیق عطا فرمائے آمین سبحان اللہ